ਲਓ ਪਹਿਲੀ ਕਬੱਡੀ ਸ਼ੇਰ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਪੈ ਚੁੱਕੀ ਹੈ। ਇੱਕ ਪਾਸੇ ਕੌਕਿਆਂ ਦੀ ਟੀਮ ਚੜ੍ਹਦੇ ਵਾਲੇ ਪਾਸੇ ਹੈ ਤੇ ਲਹਿੰਦੇ ਵਾਲੇ ਪਾਸੇ ਟੀਮ ਸੱਜਣ ਸਿੰਘ ਵਾਲੇ ਦੀ ਹੈ। ਪਹਿਲੀ ਕਬੱਡੀ ਸ਼ੇਰ ਦੇ ਮੈਦਾਨ ਵਿੱਚ ਹੈ। ਉਹ ਦੇਖਾਂਗੇ ਗੁੱਟ ਫੜਿਆ ਗਿਆ, ਗੁੱਟ ਛਡਾਉਣਾ ਕਿਸਨੇ ਹੈ। ਉਹ ਦੇਖਾਂਗੇ ਬੱਲੇ ਬੱਲੇ ਹੋਈ ਪਈ ਹੈ, ਫੜਿਆ ਹੋਇਆ ਗੁੱਟ ਕੀ ਤੇਰੇ ਗੁੱਟ ਤੇ ਲਿਖਾ ਸਰਨਾਮਾ ਪੜੇਗਾ ਤੇ ਯਾਦ ਕਰੇਗਾ। ਬੱਲੇ 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 ਇੱਥੇ ਰੱਖ। ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਤੇ ਪਾਣੀ ਸੰਦੇ ਪੀਤੇ ਹੋਏ ਆ, ਸਿਰ ਕੱਢਦੇ ਰਿਕਾਰਡ ਪੈਦਾ ਕੀਤੇ ਹੋਏ ਆ। ਉਹਦੇ ਡਾਲੇ ਵਾਲੇ ਨੌਜਵਾਨ ਆਤਮੇ ਨੇ ਪਹਿਲਾਂ ਹੀ ਅੱਖਾਂ ਲਾ ਦਿੱਤਾ ਮੇਰੇ ਵੀਰੋ। ਲਾਵੇਂ ਦੁੱਲੇ ਪਾਸੇ ਦੇਖਦੇ ਹਰਦੀਪ ਕੌਂਕਿਆਂ ਵਾਲਾ ਕਬੱਡੀ ਪਾਊਗਾ। ਲਾਓ ਦੇਖਦੇ ਕੌਂਕਿਆਂ ਵਾਲੇ ਦੀ ਪਈ ਹੋਈ ਕਬੱਡੀ, ਸਾਡਾ ਜ਼ਿਲ੍ਹਾ ਲੁਧਿਆਣਾ, ਲਓ ਸਾਡਾ ਕੌਂਕਿਆਂ ਟਿਕਾਣਾ। ਇਧਰਲੇ ਪਾਸੇ ਪਈ ਹੋਈ ਕਬੱਡੀ, ਲੈ ਵੀ ਘੋਲਗੇ ਵਾਲਿਆ ਪਹਿਲਾਂ ਵੀ ਬੱਲੇ ਬੱਲੇ ਕਰਵਾਈ ਦੇ ਸੱਦੇ ਵਾਲੀਆਂ, ਲੈ ਵੀ ਤੂੰ ਵੀ ਬੂਟਿਆ ਹੋ ਜਾ ਕਾਇਮ। ਦੇਖਦੇ ਪਈ ਹੋਈ ਕਬੱਡੀ, ਬੱਲੇ 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 ਖੜ ਖੜ ਦੇਖਦੇ ਨੇ ਲੋਕੀ ਸਾਲ ਜੱਟ ਨੂੰ। ਆਉਂਦੇ ਯਾਰੋ ਡੱਕੜੇ ਤੂਫਾਨ ਜੱਟ ਨੂੰ, ਖੜ ਖੜ ਦੇਖਦੇ ਨੇ ਲੋਕੀ ਸਾਲ ਜੱਟ ਨੂੰ। ਬਾਕੀ ਗੱਲਾਂ ਸੁਣਾਈਆਂ, ਇਹ ਸੱਦਿਆ ਦਾ ਬੂਟਾ ਜਿੰਨੇ ਜੱਫਾ ਵੀ ਲਾਇਆ ਤੇ ਇਕਬਾਲ ਸਿੰਘ ਧੁੰਨ ਕੇ ਹੀ ਲਾਇਆ। ਇੱਕ 100 ਰੁਪਇਆ ਜਾਫੀ ਦੇ ਰਹੀ ਹੈ, ਆਪਣੀ ਮਾਂ ਦੇ ਗੱਫੇ ਲੈ ਜਾਓ ਬਾਈ, ਇੱਥੇ ਆ ਜਾਓ ਜਿੰਨੇ ਪੈਸੇ ਫੜਨੇ ਆ। ਜਿਹੜਾ ਸਪੇਅਰ ਆ ਉਹ ਮਾਇਆ ਫੜ ਲਓ ਸੱਦੇ ਵਾਲੇ ਵਾਲੇ। ਗੁਰੀ ਨੌਜਵਾਨ ਪੁਆਇੰਟ ਲੈ ਕੇ ਮਾਸ ਪਰਦੇ ਆ ਮੇਰੇ ਵੀਰੋ। ਖੇਡ ਮੈਦਾਨ ਵੀ ਤਗੜਾ ਮੈਚ ਫਾਈਨਲ ਖੇਡਿਆ ਜਾ ਰਿਹਾ ਹੈ। ਵਾਸ਼ਾ ਮਸ਼ੀਨਾਂ ਦੀ ਗੱਲ ਹੋ ਰਹੀ ਹੈ ਮੇਰੇ ਵੀਰੋ। ਲਾਵੇ ਦੁੱਲੇ ਪਾਸੇ ਪਤਨੀ ਵਾਲਾ ਕਿੰਨਾ ਕਬੱਡੀ ਪਾਉਂਦਾ ਹੈ। ਖੇਡ ਮੈਦਾਨ ਵਿੱਚ ਪਈ ਹੋਈ ਕਬੱਡੀ ਕਿ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ, ਅਰਦਾ ਲੱਗੂਗੀ ਦਾ ਤਗੜਾ ਸ਼ਰੀਰ। ਉਹ ਖਿੱਡੂ ਸੱਤੇ ਦਾ ਰੂਪ ਆ ਦਿਓ, ਕਬੱਡੀਆਂ ਨੇ ਜਿੱਤਣ ਨਹੀਂ ਦੇਣਾ ਕੋਈ ਹੋਰ ਮਿੱਤਰੋ। ਸਾਹਮਣੇ ਪਿਆ ਕੱਪ ਕੇ ਨੇ ਚੁੰਮੜਾ ਲਾ ਕੇ ਡੌਲਿਆ 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 ਪੱਟਾ ਦਾ ਪੂਰਾ ਜ਼ੋਰ। ਸੁਖਾ ਜਾਣ ਵਾਲੇ ਦੀ ਧਰਤੀ ਦਾ ਵੱਡੀ ਪਾਰਿਆ ਸਲੀਮ ਹੈ, ਮਾਲਕ ਹੈ। ਲਓ ਦੇਖੋ ਸਾਹਮਣੇ ਕਬੱਡੀ ਦੇ ਮੈਦਾਨ ਵਿੱਚ ਗੱਲ ਕਿੱਦਾਂ ਦੀ ਹੋ ਰਹੀ ਹੈ। ਹੈਲੋ ਬੁੱਟਾ ਸਿੰਘ ਜੀ, ਆਪਣਾ ਰੇਡਰ ਤੇ ਜਾਫੀ ਕੱਢ ਰਹੇ ਤੁਸੀਂ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਸਲੀਮ। ਸੁਖਾ ਨੌਜਵਾਨ ਪੁਆਇੰਟ ਜਿਹੜਾ ਸੱਤੇ ਵਾਲੇ ਦੀ ਟੀਮ ਦੇ ਖੱਤ ਵੀ ਜੋੜਦਾ ਹੈ। ਚੱਲੋ ਕੌਕਿਆਂ ਵਾਲਿਆਂ ਨੌਜਵਾਨ ਪਾ ਕਬੱਡੀ, ਇਧਰਲੇ ਪਾਸੇ ਨੌਜਵਾਨ ਗੱਭਰੂ ਕਬੱਡੀ ਪਾਉਣ ਵਾਲੀ ਬੰਦਾ ਹੋਇਆ ਹੈ ਕਿ ਵਿੱਚ ਗਹਿਣੇ ਝੱਲਾਂ ਦੇ ਉਹ ਬੱਬਰ ਸ਼ੇਰ ਨਾ ਵਹਿੰਦੇ ਗੁੱਜੇ। ਹੁਣ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ, ਹੁਣ ਠੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ। ਉਧਰ ਸ਼ੀਰਾ ਗਿੱਲ ਕਹਿੰਦਾ ਮੰਨਾ ਵਾਲੇ ਦਾ, ਜੇਕਰ ਗੁਰਿੰਦਰ ਢੋਲੀਏ ਵਾਲਾ ਧੁੰਨ ਕੇ ਜਫਰ ਆਉਂਦਾ 100 ਦਾ ਰੋਟ ਦੇਵਾਂਗੇ। ਇਕਬਾਲ ਕਹਿੰਦਾ ਵੀ 100 ਦਾ ਵੀ ਆਪਾਂ ਦੇਵਾਂਗੇ। ਮਨੀ ਭਾਣਜਾ ਕੈਨੇਡਾ ਚ ਬੈਠਾ। ਲਓ ਦੇਖੋ ਸਾਹਮਣੇ ਗੁਰੀ ਖਖਰਾਣੇ ਵਾਲਾ, ਅੱਜ ਵੀ ਦੇਸੀ ਘਿਓ ਦਾ ਮਾਣ ਹੈ ਤੇ ਅਗਲੇ ਸਾਲ ਫੇਰ ਕਹਿੰਦੇ ਵੱਡਾ ਮਾਣ ਘਿਓ ਨਾ ਕੀਤਾ ਜਾਣਾ। ਸੁਖਦੇਵ ਉਹਨਾਂ ਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ। ਲਓ ਦੇਖੋ ਸਾਹਮਣੇ ਪੈਂਦੀ ਹੋਈ ਕਬੱਡੀ ਹੈ, ਕਿਹਦੀਆਂ ਬਾਹਾਂ ਚ ਕਿੰਨੀ ਜਾਨ ਮਿੱਤਰੋ, ਕਿਹੜਾ ਤਗੜਾ ਤੇ ਕਿਹੜਾ ਭਲਵਾਨ ਮਿੱਤਰੋ। ਹੁਣ ਗੱਲਾਂ ਸਮੇਂ ਦੀਆਂ ਹੋਣਗੀਆਂ, ਝੁੱਕਿਆ ਕਬੱਡੀ ਪਾਈ ਹੋਈ ਹੈ, 4 ਜਾਫੀ ਹੈ। ਦੇਖੋ ਸਾਹਮਣੇ ਕਬੱਡੀ ਦੇ ਮੈਦਾਨ ਵਿੱਚ ਇਹ ਡਾਲੇ ਵਾਲਾ ਆਤਮਾ, ਇਹ ਡਾਲੇ ਵਾਲਾ ਆਤਮਾ ਨੰਬਰ ਗੁਰੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਭਿਰਾਜ ਸ਼ੇਰ ਕਹਾਣੀ ਮੁੰਡੇ। ਚੱਲ ਵੀ ਨੌਜਵਾਨਾਂ ਬੰਧਨੀ ਵਾਲੇ ਪਾ ਕਬੱਡੀ, ਇਧਰਲੇ ਪਾਸੇ ਦੇਖਦੇ ਵੀ ਬੰਧਨੀ ਵਾਲੇ ਨੌਜਵਾਨ ਨੇ ਕਬੱਡੀ ਪਾ ਦਿੱਤੀ ਹੈ। ਚੌਹਾਨ ਸਾਹਿਬ ਹੋ ਜਾ ਪਾਸੇ ਕਬੱਡੀ, ਹੋ ਜਾ ਨੌਜਵਾਨਾਂ, ਤਿੰਨ ਫੈਮਲੀਆਂ ਚੌਹਾਨ ਪਰਿਵਾਰ ਦੀਆਂ ਇਹਨਾਂ ਮੈਚਾਂ ਦਾ ਆਨੰਦ ਮਾਣਦੀਆਂ, ਤਿੰਨ ਬਾਹਰ ਬੈਠੇ ਹੈ, ਫਿਲਹਾਲ ਲਾਈਵ ਤੱਕ ਰਹੇ ਇਹਨਾਂ ਮੈਚਾਂ ਦਾ ਆਨੰਦ ਮਾਣ ਦੋ। ਉਧਰਲੇ ਪਾਸੇ ਘੋਲਗੇ ਵਾਲਾ ਨੌਜਵਾਨ ਹੈ, ਵਾਹ ਚਰਨੀ ਬੱਬੀ ਹੋਣੀ ਸਾਰੇ ਭਰਾਵਾਂ ਦਾ ਧੰਨਵਾਦ ਹੈ। ਉਹਦੇ ਰੂਪ ਕਿੰਗਰੇ ਹੋਣੀ ਹੈ, ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਕਿਉਂਕਿ ਕਬੱਡੀ ਦੇ ਛਦਾਈ ਪੁੱਜੇ ਹੋਏ ਹੈ, ਕਬੱਡੀ ਨੂੰ ਪਿਆਰ ਕਰਦੇ ਹੈ। ਲਓ ਦੇਖੋ ਮੈਦਾਨ ਵਿੱਚ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ। ਸਪੇਅਰ ਜਿਹੜਾ ਖਿਡਾਰੀ ਆ ਉਹ ਬਈ ਮਾਇਆ ਜ਼ਰੂਰ ਲੈ ਲਿਆ ਕਰੋ। ਮਨੀ ਕੈਨੇਡਾ ਇਧਰਲੇ ਪਾਸੇ ਬੱਧਨੀ ਵਾਲਿਆਂ ਤੇਰੇ ਲਈ ਮਾਇਆ ਦੇ ਗੱਫੇ ਆ ਮਨੀ ਕੈਨੇਡਾ ਵੱਲੋਂ, ਤੇ ਉਧਰਲੇ ਪਾਸੇ ਟਾਲੇ ਵਾਲਾ ਦੇ ਗੁਰੀ ਦੀ ਪਈ ਹੋਈ ਕਬੱਡੀ। ਆਹ ਦੇਖਦੇ ਲੱਗ ਗਿਆ ਜੱਫਾ ਭਾਵੀ ਗਿਆ ਡੱਕਿਆ, ਉਹ ਚੜ ਗਿਆ ਨਸ਼ਾ ਜਿੰਨੇ ਸਾਰਾ ਕੁਝ ਤੱਕਿਆ, ਉਹ ਚੜ ਗਿਆ ਨਸ਼ਾ ਜਿੰਨੇ ਸਾਰਾ ਕੁਝ ਤੱਕਿਆ। ਆ ਗਿਆ ਸਾਹਮਣੇ ਹਰਦੀਪ ਕੌਂਕਿਆਂ ਵਾਲਾ, ਲਓ ਦੇਖੋ ਸਾਹਮਣੇ ਕਬੱਡੀ ਪਾਉਣ ਦੇ ਲਈ ਕਿਹਦੀਆਂ ਬਾਹਾਂ ਚ ਦਮ ਹੈ, ਕੌਣ ਛਿਣੀ ਮਾਰੇ ਛੇਰ ਪੁੱਤ ਜੰਮਿਆ। ਰਾਜਦੀਪ ਦੇਖ ਰਿਹਾ ਮੁੰਡਾ ਕਬੱਡੀ ਪਾ ਰਿਹਾ, ਸੋਢੀ ਵਾਲਾ ਪਿੰਡ ਹੈ ਜਿੱਥੇ ਅੱਜ ਰੌਣਕਾਂ ਲੱਗੀਆਂ ਹੋਈਆਂ ਹੈ, ਪਰ ਹਰਦੀਪ ਆਪਣੀ ਟੀਮ ਦੇ ਇਸੇ ਨੰਬਰ ਜੋੜਦਾ ਆ। ਮੁੰਡੇ ਦਾ ਪੂਰਾ ਰਾਜ ਫਿੱਟ ਸਰੀਰ ਹੈ, ਸੁੱਖਾ ਰਾਮ ਆ ਯੌਣ ਸਿੰਘ ਵਾਲਾ ਪਿੰਡ ਹੈ, ਉਹ ਕਬੱਡੀ ਪਾ ਰਿਹਾ। ਅੱਗੇ 4 ਜਾਫੀ ਹੈ ਕਿ ਬੱਟੇ ਬੱਟ ਆਉਂਦੀ ਦੇ ਜੱਟ ਜੱਟੀ ਦੇ ਸਬੱਬੀ
ਕੀ ਹੋ ਗਏ ਮੇਲੇ ਉਹ ਜੱਟਾਂ ਨੇ ਕਰੀਰ ਪਰਤੇ ਕਿੱਥੋਂ ਭਾਲਦੀ ਸੋਹਣੀਏ ਕਿੱਥੋਂ ਭਾਲਦੀ ਕਿੱਥੋਂ ਭਾਲਦੀ ਹੈ ਆ ਦੇਖਦੇ ਅਗਲੇ ਪਾਸੇ ਲਾਲ ਲੈ ਵੀ ਸੁਖਿਆ ਮਣੀ ਕੈਨੇਡਾ ਵਾਲਾ ਮਾਇਆ ਫੜ ਲਿਆ ਕਰੋ ਵੀਰ ਸਪੇਅਰ ਬੰਦੇ ਜ਼ਰੂਰ ਲੈ ਲਓ ਬਾਅਦ ਦੇ ਵਿੱਚ ਕਈ ਵਾਰੀ ਮਿਸਟੇਕਾਂ ਆਉਂਦੀਆਂ ਵੀ ਪਲੇਅਰ ਵੀ ਕਹਿੰਦੇ ਸਾਡੀ ਮਾਇਆ ਬੋਲੀ ਪਰ ਦਿੱਤੀ ਨਹੀਂ ਆ ਮਾਇਆ ਤਿੰਨ ਚਾਰ ਵਾਰੀ ਬੋਲਦੀ ਨਹੀਂ ਤੁਸੀਂ ਫੜ ਦੋ ਤਾਂ ਮੇਰਾ ਵੀਰ ਕਹਿੰਦਾ ਸਪੇਅਰ ਮਾਇਆ ਲੈ ਲਿਆ ਕਰੋ ਮਣੀ ਕੈਨੇਡਾ ਸਾਡਾ ਵੀਰ ਮਾਨ ਸਨਮਾਨ ਜਿਹੜੇ ਦੇ ਰਿਹਾ ਬਾਈ ਜੀ ਬਾਈ ਹਿੱਟ ਫੜ ਲਿਆ ਕਰੋ ਕਿਉਂਕਿ ਅਸੀਂ ਕਿਸੇ ਪਲੇਅਰ ਦੀ ਮਾਇਆ ਨਹੀਂ ਫੜਦੀ ਕੈਨੇਡਾ ਤੋਂ ਜੁੜੇ ਬਾਈ ਮੰਦਰ ਹੋਣੇ ਬਲਜੀਤ ਹੋਣੇ ਤਰਸੇਮ ਹੋਣੇ ਸੁੱਖੇ ਹੋਣੇ ਮਨੀ ਹੋਣੇ ਜਸਕਰਨ ਹੋਣੇ ਸਾਰਿਆਂ ਦਾ ਹੀ ਧੰਨਵਾਦ ਹੈ ਆਹ ਦੇਖੋ ਸਾਹਮਣੇ ਕਰਨ ਬਰਾੜ ਕੈਨੇਡਾ ਦੇ ਵਿੱਚ ਬੈਠਾ ਹੈ ਅਮਰਜੀਤ ਸਿੰਘ ਸਰਪੰਚ ਦਾ ਮੁੰਡਾ ਕਹਿੰਦਾ ਵੀ ਗੱਲ ਸਿਰੇ ਤੇ ਲਾਉਣੀ ਹੈ ਉਹ ਕਬੱਡੀ ਕੈਂਪ ਮੰਝਾਂ ਵਾਲੇ ਦਾ ਹੋਵੇਗਾ ਉੱਥੇ ਗੱਲ ਸਿਰੇ ਤੇ ਲੱਗਣੀ ਹੈ ਪਰ ਆ ਕੌਣ ਹੈ ਜਾਂ ਲਿਆਕਤ ਅਲੀ ਬਿੱਲਾ ਲੁਧਿਆਣੇ ਵਾਲਾ ਫੈਸਲਾ ਕਰਦਾ ਹੈ ਵੀ ਨੰਬਰ ਇਸ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਵੀ ਨੌਜਵਾਨਾਂ ਪਾ ਕਬੱਡੀ ਹਰਪ੍ਰੀਤ ਡਗਰੂ ਵਾਲਾ ਵੀ ਯਾਰਾਂ ਦਾ ਆਰ ਹੈ ਇੱਥੇ ਗੁਰਪ੍ਰੀਤ ਦਾ ਨਾਮ ਵੱਡਾ ਹੈ ਉੱਥੇ ਸ਼ੀਰ ਹੈ ਅਪਡੇਟ ਕਰ ਰਿਹਾ ਵੀ ਕੌਣ ਅੱਜ ਦੇ ਕਬੱਡੀ ਕੈਂਪ ਦਾ ਬੈਸਟ ਹੈ ਬਰਾੜ ਫੇਰ ਹੋ ਗਿਆ ਵਾਲਾ ਬੱਬੀ ਹੋਣੀ ਹੈ ਸਾਰੇ ਆਪੋ ਆਪਣਾ ਕਦੇ ਦੱਸ ਰਹੇ ਹੈ ਵੀ ਗੱਲ ਕਿੱਦਾਂ ਦੀ ਹੈ ਕਿਹੋ ਜਿਹਾ ਮਾਹੌਲ ਹੈ ਅੱਜ ਸੋਢੀ ਵਾਲੀ ਦੀ ਧਰਤੀ ਤੇ ਉਹ ਦੇਖਾਂਗੇ ਸਾਹਮਣੇ ਸੁਖਵਿੰਦਰ ਮਾਂਡਾ ਕਹਿੰਦਾ ਵੀ ਗੱਲ ਟਿਕਾਣੇ ਲਾਉਣੀ ਹੈ ਉਹ ਗੱਲ ਟਿਕਾਣੇ ਲਾਉਣੀ ਹੈ ਉਹ ਦੇਖੋ ਸਾਹਮਣੇ ਕਿ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਾਹਦਾ ਹੈ ਧਿਆਨ ਬਾਈ ਰੌਲਾ ਨੇ ਅਮਨਦੀਪ ਭੱਲਾ ਜੀ ਭਾਵੇਂ ਨਹੀਂ ਸਹਿਯੋਗ ਪੂਰਾ ਹੈ ਬਾਈ ਰੈਫਰੀ ਦਾ ਫੈਸਲਾ ਹੁਣ ਮੰਨਣਾ ਪੈਣਾ ਆਪਾਂ ਨੂੰ ਰੌਲਾ ਨੀ ਪਲੀਜ਼ ਸਿਰੇ ਸਿਰਿਆ ਬਾਹਰਲੇ ਪਾਸੇ ਨੂੰ ਆ ਜਾਓ ਰੌਲਾ ਨੀ ਪਾਉਣਾ ਆਪਾਂ ਕਿਸੇ ਨੇ ਜੋ ਰੈਫਰੀ ਨੇ ਡਿਸੀਜਨ ਦਿੱਤਾ ਸਰਪੰਚ ਸਾਹਿਬ ਉਹਨਾਂ ਨੇ ਸਵੇਰੇ ਬੋਲਿਆ ਸੀ ਵੀ ਰੈਫਰੀ ਦਾ ਫੈਸਲਾ ਆਖਰੀ ਫੈਸਲਾ ਲਾਓ ਦੇਖਦੇ ਨੇ ਬੋਲਣਾ ਬਾਹਰੋਂ ਨੀ ਕਿਸੇ ਵੀਰ ਨੇ ਜਾਣਾ ਮੇਰੇ ਵੀਰੋ ਲਾਓ ਦੇਖਦੇ ਵੀ ਬਾਹਰੋਂ ਨੀ ਜਾਣਾ ਕਿਸੇ ਵੀਰ ਨੇ ਰੈਫਰੀ ਹੈਗੇ ਹੈ ਯਾਰ ਰੈਫਰੀ ਕੋਈ ਗੱਲ ਨੀ ਆਪੋ ਕਰ ਮਣੀ ਤੇ ਜੱਸਾ ਸਾਡੇ ਵੀਰਾਂ ਦੇਖਦੇ ਕੈਨੇਡਾ ਵਾਲੇ ਵੀਰਾਂ ਵੱਲੋਂ ਮਾਨ ਸਨਮਾਨ ਪੁੱਜ ਗਏ ਪਲੇਅਰਾਂ ਦੇ ਲਈ ਸਰਪੰਚ ਸਾਹਿਬ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਕਹਿ ਦਿਓ ਰੌਲਾ ਨੀ ਰੱਪਾ ਨੀ ਬਾਈ ਜੀ ਪਿੱਛੇ ਆ ਜਾਓ ਯਾਰ ਜਿਹੜਾ ਰੈਫਰੀ ਦਾ ਫੈਸਲਾ ਵੀ ਆਪਾਂ ਨੂੰ ਮੰਨਣਾ ਹੀ ਪੈਣਾ ਬਾਹਰੋਂ ਕੋਈ ਵੀਰ ਗਰਾਊਂਡ ਦੇ ਵਿੱਚ ਨੀ ਆਪਾਂ ਜਾਣਾ ਜੋ ਗਰਾਊਂਡ ਦੇ ਅੰਪਾਇਰ ਲੱਗੇ ਸਾਡੇ ਵੀਰੋ ਆਪੇ ਫੈਸਲਾ ਲੈਣਗੇ ਹਾਂ ਬਾਹਰੋਂ ਕੋਈ ਆਪਣਾ ਵੀਰ ਆਪਾਂ ਪ੍ਰਬੰਧਕ ਵੀਰ ਨਹੀਂ ਜਾਣਾ ਕੋਈ ਗੱਲ ਨੀ ਫੈਸਲਾ ਪ੍ਰਬੰਧਕ ਕਮੇਟੀ ਲੈ ਲਓ ਵੀ ਰੌਲਾ ਨੀ ਪਾਉਣਾ ਬਦਨੀ ਵਾਲਿਆ ਡਿਸੀਜਨ ਆ ਬੜੇ ਸੁਲਝੇ ਰੈਫਰੀ ਆ ਕੋਈ ਗੱਲ ਨੀ ਬਾਹਰਲੇ ਪਾਸੇ ਨੂੰ ਆ ਜਾਓ ਹਾਂ ਠੀਕ ਹੈ ਠੀਕ ਆ ਜੀ ਠੀਕ ਜੋ ਫੈਸਲਾ ਰੈਫਰੀ ਦਾ ਫਿਰਿਆ ਬਾਕੀ ਗੱਲ ਸਹੀ ਹੈ ਕਿਉਂਕਿ ਸਵੇਰ ਤੋਂ ਲੈ ਕੇ ਰੈਫਰੀ ਜਿਹੜੇ ਆ ਬਹੁਤ ਧੰਨਵਾਦ ਰਘਵੀਰ ਸਿੰਘ ਜੀ ਕੈਨੇਡਾ ਉਧਰ ਸਾਡੇ ਹਰਜਿੰਦਰ ਸਿੰਘ ਜੀ ਲੰਬੜਦਾਰ ਸਾਹਿਬ ਆਪਣੇ ਮਿੱਤਰਾਂ ਨਾਲ ਆਪਣੇ ਪਰਿਵਾਰ ਨਾਲ ਬੈਠੇ ਪੂਰਾ ਕਬੱਡੀ ਦਾ ਸਵਾਦ ਲੈ ਰਹੇ ਆ ਪਾਓ ਵੀ ਕਬੱਡੀ ਮੇਰੇ ਵੀਰੋ ਪਾਓ ਮੇਰੇ ਵੀਰ ਬਾਕੀ ਬੰਦੇ ਬਾਹਰ ਆ ਗਏ ਯਾਰ ਸਿੰਘ ਦੇ ਬੰਦੇ ਸਾਰੇ ਜੋ ਖਿਡਾਰੀ ਬਣ ਕੇ ਆ ਸਿੰਘ ਤੋਂ ਕੇ ਆਪਾਂ ਨੂੰ ਕੀ ਤਕਲੀਫ ਹੈ ਬਾਈ ਜੀ ਮੈਚ ਤਾਂ ਸ਼ੁਰੂ ਹੋ ਜਾਣਾ ਜਿਹੜੇ ਸਾਰੇ ਬਾਹਰ ਆਉਣਗੇ ਇੱਕ ਸਾਈਡ ਤੇ ਆ ਜਾਓ ਰੈਫਰੀ ਤੇ ਸਕੋਰਰ ਵੀਰ ਰਹੂਗਾ ਤੇ ਇੱਕ ਬੂਟਾ ਸਾਡਾ ਵੀ ਜਿਹੜਾ ਬੈਸਟ ਕੱਢ ਰਿਹਾ ਹੈ ਬਾਕੀ ਪਿੱਛੇ ਆ ਜਾਓ ਸਾਰੇ ਵੀਰ ਇੱਕ ਵਾਰੀ ਬਾਹਰਲੇ ਪਾਸੇ ਆ ਜਾਓ ਬਾਈ ਜੀ ਉਧਰ ਸਰਦਾਰ ਮੰਗਲ ਸਿੰਘ ਜੀ ਯੂ ਐਸ ਏ ਚ ਬੈਠੇ ਸਰਪੰਚ ਬੋਤੀਆਂ ਵਾਲਾ ਹਰਪ੍ਰੀਤ ਡਗਰੂ ਵਾਲਾ ਕਹਿੰਦਾ ਤੇ ਜੈ ਸਿੰਘ ਵਾਲੇ ਦੇ ਬਾਈ ਜੀ ਕਹਿੰਦੇ ਆ ਵੀ ਆਪਾਂ ਪਤਨੀ ਦੇ ਬੰਦੇ ਨੂੰ 500 ਰੁਪਿਆ ਦੇਣਾ ਹਾਂਜੀ ਸਰਪੰਚ ਸਾਹਿਬ ਬਾਹਰਲੇ ਐਨ ਆਰ ਆਈ ਵੀਰ ਕਹਿੰਦੇ ਕੋਈ ਗੱਲ ਨਹੀਂ ਫੈਸਲਾ ਰੈਫਰੀ ਆਪੇ ਲੈ ਲੈਣਗੇ ਹੁਣ ਮੈਚ ਦਾ ਆਨੰਦ ਮੰਨਣ ਦਿਓ ਸਾਨੂੰ
जसा दे मणि उधरले पासे तरसेम कनेडा लाओ कहिंदे आ पा भी नौजवानां कबड्डी लै देखदे भी नौजवान उधरले पासे पॉइंट लैंदा है ते नौजवान नूं 100 रुपया होवेगा जसा दे मणि उधर चौहान परिवार साडे वीर कहिंदे 100 रुपया याफी नूं नहीं 100 भावी नूं दे देना है उधरले पासे ताले वाला बल्ले बल्ले हो गई मित्रों परही बल्ले आ दिखे की बंदा की जुगा है लंबड़वाड़ा देख ला सामने सोडी वाले नगर च रौनक लगी है उधर देखो सामने कबड्डी पैंदी है दुनिया देखती है जय सिंह वाले दे शंदर सिंह हुणे पुज्जे है आपां धन्नवाद करांगे तीन कबड्डियां ते 500 रुपये लगे आ मुंडे दीआं तीन कबड्डियां दे उत्ते लाओ देख दे पिछे हो जाओ यार पिछे बाहर संगत रौला पाती है गोरे एक ना पेंट आज बाकी बंदे पिछे कर दो बाबा जी पानी वाले तुसी पिछा हो जाओ पड़ा गया लाओ उधर ने पासे गुरी ने कबड्डी पा दी रूप सिंह जी किंगरा कहंदे आ लाओ जेड़ा याफी यफा लाओ 100 रुपया ते लाओ देखदे तो जसा दे मणि ते लाओ देखदे ने धावी नूं दे दियो गुरी नूं आ ले भी गुरी 100 रुपया तेरे लिए मान सम्मान है आ माया फड़ी चलो मेरे वीरो तैं चलो धन्नवाद करदे आ जिहड़े साडे वीर माया नगद जिहड़ी ग्राउंड दे विच पहुंचदी कर रहे आ धन्नवाद गुरचरण सिंह जी मिस्त्री 100 रुपया भेजदे आ आ मेरे कोलो माया लै जो जी गुरी दी गुरी दी माया इधर देखो सामने आ की बन गया कि सारे टब्बर ने बोलता भावा ने कला कहरा जट देख के 100 रुपया गुरी का मेरे को माया गुरी दे लई है बहुत वड्डा मान गुरचरण सिंह जी मिस्त्री साहब भेजते हैं आप सारिया ही शख्शीतों का धन्यवाद करा चलो गभरू आप कबड्डी मैं सिलेंडर से जाफी के लिए दो वाशिंग मशीन है फ्यूचर साढ़े सजना वालों है जेडे कहते बड़े मान सम सुखजिंदर माटे उन्होंने वालों दो वाशिंग मशीन है बड़े मान है वो देखा सामने कबड्डी पैंती तो दुनिया देखती है इंगरा साहब आ देखो सामने गभरू कबड्डी पा रहा भाव सोने हरजा पासे डाले वाले डाले वाले डाले वाले ਹੂਟਰ ਬੂਟਿਆ ਪਤਾ ਲੱਗ ਗਿਆ ਤੇ ਪੁਆਇੰਟ ਜਿਹੜਾ ਸਮੇਂ ਡਾਲੇ ਵਾਲੇ ਨੇ ਤਗੜਾ ਹੀ ਹੱਥਾ ਲਾ ਕੇ ਜੋੜ ਦਿੱਤਾ ਹੈ ਰਾਜਵੀਰ ਗਿੱਲ ਸਾਡਾ ਵੀਰ 100 ਰੁਪਿਆ ਰਾਜਦੀਪ ਲੌਰ ਗਿੱਲ ਸਾਡਾ ਵੀਰ 100 ਰੁਪਿਆ ਡਾਲੇ ਵਾਲੇ ਯਾਕੀ ਦੇ ਲਈ ਮੇਰੇ ਵੀਰੋ ਅੱਜ ਸੁਪਿਆ ਸਵੰਦਰੋ ਸਾਡਾ ਸਾਡਾ ਵੀਰ ਲਈ ਭੇਜ ਗਿਆ ਆਪਾਂ ਬੰਦੇ ਯਾਰ ਪਿੱਛੇ ਹੋ ਜਾਓ ਆਪਾਂ ਜੀ 500 ਰੁਪਿਆ ਲੈ ਜੋ ਸਵੰਦਰ ਮਾਟੇ ਵੱਲੋਂ ਯਾਰ ਕਿਹਾ ਕਰ ਬੰਦੇ ਕਿੰਨੇ 500 ਤੁਰੇ ਫੜੀਏ ਜੱਸਾ ਤੇ ਮਾਰੀ ਉਹਨਾਂ ਵੱਲੋਂ 500 ਰੁਪਏ ਦੇ ਮਾਨ ਸਨਮਾਨ ਹੈ ਤੇ ਆ 500 ਰੁਪਿਆ ਹੋਰ ਆ ਇਧਰ ਦੇਖੋ ਸਾਹਮਣੇ ਬੱਲੇ ਬੱਲੇ ਉਹਨੇ ਕੱਢੀ ਭਾਈਆਂ ਦੀ ਗਾਲ ਤੇ ਮੈਂ ਸੱਸ ਉਹ ਗੋਡਿਆਂ ਥੱਲੇ ਲੈ ਲਈ ਬੂਟਾ 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 ਬੱਲੇ 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 ਸੋਨਿਹਾਰ ਮੇਲਾ ਲੁੱਟ ਲਿਆ ਨੌਜਵਾਨਾਂ ਗੱਭਰੂਆਂ ਮੇਲਾ ਲੁੱਟ ਲਿਆ ਕਿ ਜੋਧੇ ਦੇ ਪਿੰਡਾਂ ਕੋਲ ਪਿੰਡ ਯੋਧਿਆ ਯਾਫੀ ਕਾ ਲਾਊਟ ਨੇ ਪਿੰਡ ਯੋਧਿਆ ਯਾਫੀ ਕਾ ਦਾ ਮਾਨ ਸਿੰਘ ਜੀ ਸੋਢੀ ਸਾਵਣਾ ਦੀ ਕਿਰਪਾ ਉਹ ਦੇਖੋ ਸਾਹਮਣੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਕਹਿੰਦੇ ਹੁਣ ਸਿਰਾ ਹੋ ਗਿਆ ਭਾਈ ਕਿੰਨਾ ਕੁ ਸਵਾਦ ਹੈ ਇੱਕ ਵਾਰੀ ਰੌਲਾ ਜਿਹਾ ਪਾ ਕੇ ਦੱਸੋ ਜਾਂਦੇ ਜਾਂਦੇ ਮੁਬਾਰਕਬਾਦ ਹੈ ਜਿਉਂਦੇ ਰਹੋ ਦਰਸ਼ਕ ਵੀਰੋ ਜਿਉਂਦੇ ਰਹੋ ਪ੍ਰਵਾਸੀ ਭਰਾਓ ਬਹੁਤ ਧੰਨਵਾਦ ਹੈ ਰਾਜੀ ਸਿਰਾ ਹੋ ਗਿਆ ਮਾਤੇ ਵੀਰੇ ਇੱਕ ਮਿੰਟ ਗੁਰਦਾਰੇ ਜੋਤ ਦਾ ਧੰਨਵਾਦ ਜੱਸਾ ਦੇ ਮਣੀ ਆ ਉਹਨਾਂ ਦੀ ਮਾਇਆ ਮੇਰੇ ਕੋਲ ਜਿਹੜੀ ਵੱਧ ਗਈ ਉਹ ਮੇਰੇ ਵੀਰ ਮੈਥੋਂ ਮਾਇਆ ਲੈ ਲੈਣ ਜਿਹੜੀ ਆਪਾਂ ਖਿਡਾਰੀਆਂ ਨੂੰ ਦੇ ਸੀ ਰਵੀਰ ਕੈਨੇਡਾ ਜੀ ਸਾਡਾ ਆਨਲਾਈਨ ਆ ਬਹੁਤ ਬਹੁਤ ਧੰਨਵਾਦ ਰਵੀਰ ਕੈਨੇਡਾ ਜੀ ਹੈਲੋ ਹੈਲੋ ਰਵੀਰ ਗਿੱਲ ਕੈਨੇਡਾ ਹੈਲੋ ਹੈਲੋ ਅੱਬਾ ਹੈਲੋ 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 ਬਾਈ ਜੀ ਆ ਜਿਹੜੇ ਪੁਆਇੰਟ ਸੁਣ ਲਓ ਬਾਈ ਪੁਆਇੰਟ ਸੁਣ ਲਓ ਸੱਦੇ ਵਾਲੇ ਦੇ ਪੁਆਇੰਟ ਆ ਜਿਹੜੇ ਨਾ ਕਾਂਗਿਆਂ ਦੇ ਪੁਆਇੰਟ ਨੇ 12.5 ਕਾਂਗਿਆਂ ਦੀ ਟੀਮ ਫਸਟ ਤੇ ਸੱਦਾ ਸਿੰਘ ਵਾਲਾ ਫੈਕਟ ਹੈ ਬੈਸਟ ਬੈਸਟ ਵੀ ਦੱਸ ਦਿਓ ਦੋਨਾਂ ਟੀਮਾਂ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਜੇ ਪਿਆਰ ਕਰਦੇ ਤਾਂ ਬੂਟੇ ਬੈਸਟ ਰੇਡ ਤੇ ਜਾਫੀ ਦੱਸ ਦਿਓ ਪਿਆਰ ਦੇ ਨਾਲ ਕੋਈ ਗੱਲ ਨਹੀਂ ਗੁਰਬਖਸ਼ ਸਿੰਘ ਜੀ ਸੋਢੀ ਵਾਲਾ ਮੁਬਾਰਕਬਾਦ ਦਾ ਸਵੱਚੇ ਨਗਰ ਨੂੰ ਐਨਆਰਏ ਭਰਾਵਾਂ ਨੂੰ ਹੈਲੋ ਹੈਲੋ ਪਲੀਜ਼
जेडे बेस्ट रेडर ते जाती है ओ सोलन बेस्ट जाफी आत्मा डाले वाला जिने सात बार कोशिश करके चार पांच जफे लाए हैं आत्मा इस टूरनामेंट का बेस्ट जाफी छे रेडा पाके चार पॉइंट प्राप्त किए हैं किंदे ने छे रेडा पाके चार पॉइंट प्राप्त किए हैं गुरी ने दोवें जवाइंट आ जी रेडर गुरी ते किंदा दोनों बटे बहुत धन्यवाद जी गुरी ते किंदा जवाइंट ते आत्मा मैं फिर तो बाबा मान सिंह यूथ क्लब के जिन्हें भीर आ सारिया का धन्यवाद करा एन आर आई भरावान का ग्राम पंचायत का इलाके की संगत का दर्शक भीर का खिलाड़ी भीर का हेलो तो धन्यवाद हाँ जी बहुत धन्यवाद जी रौला ना पाओ यार हेलो 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 नाम बदले हेलो हाँ सरपंच साहब जी कहाँ बैठी रे राग भाई ओ खड़ जाओ यार मेरी सुनो ये कंगड़े हो गए अजय चापी कटने ना मन रे कि ना कम पे कुछ मत तो टे हेलो भाई जी कापी लेके स्टेज पे आ जाओ ते बाकी संगत सैर ते खड़ जाओ नामा दी वंड करके सानू पता खुशी बहुत है लोगों धन्यवाद तुहाडा 10 मिनट